ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਇਹ ਨੁਸਖਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਜੇ ਤੁਸੀਂ ਇਸ ਦਾ ਇਸਤੇਮਾਲ ਲਗਾਤਾਰ ਕਰਦੇ ਹੋ ਤਾਂ ਕੁਛ ਹੀ ਦਿਨਾਂ ਦੇ ਵਿੱਚ ਤੁਹਾਡੀ ਬਲਗਮ ਵਾਲੀ ਖਾਂਸੀ, ਗਲੇ ਦੇ ਵਿੱਚ ਖਾਰਸ ਅਤੇ ਜੋ ਮੌਸਮ ਦੇ ਨਾਲ ਤੁਹਾਨੂੰ ਇਨਫੈਕਸ਼ਨ ਹੋਈ ਹੈ ਉਹ ਇੱਕਦਮ ਜੜ ਤੋਂ ਠੀਕ ਹੋ ਜਾਵੇਗੀ। ਤਾਂ ਦੋਸਤੋ, ਤੁਸੀਂ ਆਪਦੇ ਖੰਘ ਦਾ, ਬਲਗਮ ਦਾ ਇਲਾਜ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਣਾ ਅਤੇ ਜੋ ਜੋ ਚੀਜ਼ਾਂ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਉਸ ਤਰੀਕੇ ਨਾਲ ਤੁਸੀਂ ਯੂਜ਼ ਕਰਨਾ ਜਿਸ ਨਾਲ ਤੁਹਾਨੂੰ ਆਪਦੀ ਖਾਂਸੀ ਨੂੰ ਠੀਕ ਕਰਨ ਵਿੱਚ ਕੋਈ ਪ੍ਰੋਬਲਮ ਨਾ। ਤਾਂ ਦੋਸਤੋ, ਅੱਜ ਇਹ ਨੁਸਖਾ ਮੈਂ ਤੁਹਾਨੂੰ ਦੱਸੂੰਗਾ ਉਹ ਬਿਲਕੁਲ ਹੀ ਆਯੁਰਵੈਦਿਕ ਹੈ, ਇਸ ਦਾ ਤੁਹਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੈ। ਤੁਸੀਂ ਦੇਖ ਲੈਣਾ ਜੋ ਜੋ ਚੀਜ਼ਾਂ ਮੈਂ ਯੂਜ਼ ਕਰ ਰਿਹਾ ਹਾਂ ਉਹ ਬਿਲਕੁਲ ਹੀ ਦੇਸੀ ਹੈ, ਇਸ ਦਾ ਆਪਣੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੈ। ਤਾਂ ਚਲੀਏ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੇ ਵੀਡੀਓ ਨੂੰ। ਤਾਂ ਦੋਸਤੋ, ਅੱਜ ਦੇ ਨੁਸਖੇ ਨੂੰ ਤਿਆਰ ਕਰਨ ਲਈ ਜੋ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹਨ ਉਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਦੇਸੀ ਘਿਓ। ਤੁਸੀਂ ਘਰ ਦਾ ਬਣਿਆ ਹੋਇਆ ਦੇਸੀ ਘਿਓ ਲਓ ਤਾਂ ਸਭ ਤੋਂ ਵਧੀਆ ਹੈ, ਉਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੋਵੇਗਾ। ਜੇ ਨਹੀਂ ਹੈ ਤਾਂ ਤੁਸੀਂ ਬਾਜ਼ਾਰ ਦੇ ਵਿੱਚ ਕੋਈ ਵੀ ਵਧੀਆ ਬ੍ਰਾਂਡ ਦਾ ਦੇਸੀ ਘਿਓ ਖਰੀਦ ਸਕਦੇ ਹੋ। ਅਤੇ ਦੂਜੀ ਉਹ ਚੀਜ਼ ਆਪਾਂ ਨੂੰ ਚਾਹੀਦੀ ਹੈ ਉਹ ਹੈ ਕਾਲੀ ਮਿਰਚ। ਆ ਦੇਖੋ ਦੋਸਤੋ, ਤੁਸੀਂ ਚਾਹੋ ਤਾਂ ਸਾਬਤ ਕਾਲੀ ਮਿਰਚ ਲਿਆ ਕੇ ਇਸਨੂੰ ਘਰ ਦੇ ਵਿੱਚ ਪੀਸ ਸਕਦੇ ਹੋ, ਜਾਂ ਬਾਜ਼ਾਰ ਦੇ ਵਿੱਚ ਤੁਹਾਨੂੰ ਪੀਸੀ ਪਸਾਈ ਕਾਲੀ ਮਿਰਚ ਮਿਲ ਜਾਵੇਗੀ, ਉਹ ਤੁਸੀਂ ਲੈ ਸਕਦੇ ਹੋ। ਅਤੇ ਤੀਜੀ ਉਹ ਚੀਜ਼ ਆਪਾਂ ਨੂੰ ਚਾਹੀਦੀ ਹੈ ਉਹ ਹੈ ਬੂਰਾ ਖੰਡ। ਤੁਸੀਂ ਬਾਜ਼ਾਰ ਦੇ ਵਿੱਚੋਂ ਬੂਰਾ ਖੰਡ ਖਰੀਦ ਸਕਦੇ ਹੋ, ਨਹੀਂ ਤਾਂ ਤੁਸੀਂ ਘਰ ਵਾਲੀ ਖੰਡ ਨੂੰ ਹੀ ਜੋ ਤੁਸੀਂ ਘਰੇ ਯੂਜ਼ ਕਰਦੇ ਹੋ ਉਸ ਨੂੰ ਮਿਕਸਰ ਵਿੱਚ ਪੀਸ ਕੇ ਬਰੀਕ ਕਰ ਸਕਦੇ ਹੋ, ਉਸ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਤਾਂ ਦੋਸਤੋ, ਇਹ ਤਿੰਨ ਚੀਜ਼ਾਂ ਆਪਾਂ ਨੂੰ ਅੱਜ ਦੇ ਨੁਸਖੇ ਨੂੰ ਤਿਆਰ ਕਰਨ ਲਈ ਚਾਹੀਦੀਆਂ ਹਨ ਜਿਸ ਨਾਲ ਤੁਹਾਡੀ ਖਾਂਸੀ ਜੜ ਤੋਂ ਖਤਮ ਹੋ ਜਾਵੇਗੀ। ਤਾਂ ਦੋਸਤੋ, ਹੁਣ ਮੈਂ ਤੁਹਾਨੂੰ ਦੱਸਦਾ ਵਾਂ ਇਹ ਨੁਸਖੇ ਨੂੰ ਤੁਸੀਂ ਤਿਆਰ ਕਿਵੇਂ ਕਰਨਾ ਹੈ ਅਤੇ ਕਿਵੇਂ ਇਸ ਨੁਸਖੇ ਨੂੰ ਬਣਾਉਣਾ ਹੈ। ਤਾਂ ਦੋਸਤੋ, ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਕਿ ਮੈਂ ਇਸ ਨੂੰ ਕਿਸ ਤਰੀਕੇ ਨਾਲ ਬਣਾ ਰਿਹਾ ਹਾਂ। ਤਾਂ ਚਲੀਏ ਸ਼ੁਰੂ ਕਰਦੇ ਹਾਂ ਇਸ ਨੁਸਖੇ ਨੂੰ ਬਣਾਉਣਾ। ਤਾਂ ਦੋਸਤੋ, ਤੁਸੀਂ ਕਰਨਾ ਕੀ ਹੈ, ਸਭ ਤੋਂ ਪਹਿਲਾਂ ਇੱਕ ਪੈਨ ਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਉਣਾ ਹੈ। ਤਾਂ ਦੇਖੋ ਦੋਸਤੋ, ਮੈਂ ਘਰ ਦਾ ਹੀ ਦੇਸੀ ਘਿਓ ਯੂਜ਼ ਕਰ ਰਿਹਾ ਹਾਂ। ਇੱਥੇ ਇੱਕ ਚਮਚ ਦੇਸੀ ਘਿਓ ਪਾਉਣ ਤੋਂ ਬਾਅਦ ਤੁਸੀਂ ਇਸ ਦੇ ਵਿੱਚ 7 ਤੋਂ 8 ਚਮਚੇ ਬੂਰਾ ਖੰਡ ਦੇ ਪਾਉਣੇ ਹਨ। ਆ ਦੇਖੋ ਦੋਸਤੋ, ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਇਸ ਤਰੀਕੇ ਨਾਲ ਤੁਸੀਂ 7 ਤੋਂ 8 ਚਮਚੇ ਬੂਰਾ ਖੰਡ ਦੇ ਲੈਣੇ ਹਨ। ਤਾਂ ਦੋਸਤੋ, ਤੁਸੀਂ ਇਸ ਨੂੰ ਲੋ ਫਲੇਮ ਦੇ ਉੱਤੇ ਬਣਾਉਣਾ ਹੈ, ਜ਼ਿਆਦਾ ਤੇਜ਼ ਨਹੀਂ ਕਰਨੀ ਹੈ ਜਿਸ ਨਾਲ ਇਹ ਜਲ ਨਾ ਜਾਵੇ। ਤੁਸੀਂ ਇਸ ਨੂੰ ਉਦੋਂ ਤੱਕ ਬਣਾਉਣਾ ਹੈ ਜਦੋਂ ਤੱਕ ਇਸਦਾ ਰੰਗ ਬਰਾਊਨ ਨਾ ਹੋ ਜਾਵੇ। ਜਦੋਂ ਇਸਦਾ ਰੰਗ ਬਰਾਊਨ ਹੋ ਜਾਵੇ ਤਾਂ ਤੁਸੀਂ ਇਸ ਦੇ ਵਿੱਚ 1/2 ਚਮਚ ਕਾਲੀ ਮਿਰਚ ਦਾ ਲੈਣਾ ਹੈ। 1/2 ਚਮਚ ਨਾਲੋਂ ਵੱਧ ਤੁਸੀਂ ਕਾਲੀ ਮਿਰਚ ਨਹੀਂ ਲੈਣੀ ਹੈ, ਨਹੀਂ ਤਾਂ ਤੁਹਾਨੂੰ ਇਸ ਨੂੰ ਖਾਣ ਦੇ ਵਿੱਚ ਪਰੇਸ਼ਾਨੀ ਹੋਵੇਗੀ। ਤਾਂ ਦੋਸਤੋ, ਇਹ ਦੇਖੋ, ਇਹ ਬਣ ਕੇ ਹੁਣ ਤਿਆਰ ਹੈ। ਤੁਸੀਂ ਇਸ ਨੂੰ ਠੰਡਾ ਹੋਣ ਲਈ ਰੱਖ ਦੇਣਾ ਹੈ, 10 ਤੋਂ 15 ਮਿੰਟ ਲਈ ਤੁਸੀਂ ਇਹਨੂੰ ਠੰਡਾ ਹੋਣ ਲਈ ਰੱਖ ਦੇਣਾ ਹੈ। ਦੋਸਤੋ, ਜਦੋਂ ਇਹ ਠੰਡਾ ਹੋ ਜਾਵੇ ਤੁਸੀਂ ਦੇਖੋਗੇ ਕਿ ਇਹ ਕਾਫੀ ਸਖਤ ਹੋ ਚੁੱਕਾ ਹੈ। ਤਾਂ ਤੁਸੀਂ ਕਰਨਾ ਕੀ ਹੈ, ਇਸ ਨੂੰ ਗੈਸ ਦੇ ਉੱਤੇ ਥੋੜਾ ਜਿਹਾ ਗਰਮ ਕਰ ਲੈਣਾ ਹੈ ਤੇ ਜਿਸ ਦੇ ਨਾਲ ਇਹ ਆਸਾਨੀ ਨਾਲ ਨਿਕਲ ਜਾਊਗਾ। ਆ ਦੇਖੋ ਦੋਸਤੋ, ਹੁਣ ਆਪਣਾ ਇਹ ਅੱਜ ਦਾ ਨੁਸਖਾ ਬਣ ਕੇ ਤਿਆਰ ਹੈ।
ਦੋਸਤੋ ਦੇਖਿਆ ਕਿ ਮੈਂ ਇਸਨੂੰ ਕਿਵੇਂ ਤਿਆਰ ਕੀਤਾ ਹੈ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਵਾਂ ਤੁਸੀਂ ਇਸਨੂੰ ਯੂਜ਼ ਕਿਵੇਂ ਕਰਨਾ ਹੈ। ਤਾਂ ਦੋਸਤੋ ਤੁਸੀਂ ਇਸਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕਰ ਲੈਣਾ ਹੈ। ਆਹ ਦੇਖੋ ਦੋਸਤੋ ਮੈਂ ਪਹਿਲਾਂ ਹੀ ਇਹ ਪੀਸ ਕਰ ਚੁੱਕਿਆ ਹਾਂ ਇਸ ਛੋਟੇ ਛੋਟੇ। ਤਾਂ ਇਸਨੂੰ ਤੁਸੀਂ ਹਰ ਰੋਜ਼ 3 ਤੋਂ 4 ਗੇਰੀ ਤੁਸੀਂ ਇਸਨੂੰ ਚੂਸਣਾ ਹੈ, ਇਸਨੂੰ ਚੱਬਣਾ ਨਹੀਂ ਹੈ, ਤੁਸੀਂ ਇਸਨੂੰ ਚੂਸਣਾ ਹੈ। ਇਹ ਕਾਫ਼ੀ ਸਵਾਦਿਸ਼ਟ ਹੈ, ਇਸਨੂੰ ਬੱਚੇ ਵੀ ਖਾ ਸਕਦੇ ਹਨ, ਬੱਚੇ ਵੀ ਆਰਾਮ ਨਾਲ ਇਸਨੂੰ ਖਾ ਸਕਦੇ ਹਨ। ਮੰਨ ਲਓ ਤੁਸੀਂ ਕਿਸੇ ਆਫਿਸ ਜਾਂਦੇ ਹੋ ਜਾਂ ਕਿਤੇ ਕੰਮ ਕਰਦੇ ਹੋ ਤਾਂ ਇਸਨੂੰ ਜੇਬ ਦੇ ਵਿੱਚ ਪਾ ਕੇ ਕਿਸੇ ਪੋਲੀਥਿਨ ਦੇ ਵਿੱਚ ਪਾ ਕੇ ਨਾਲ ਲੈ ਜਾਵੋ। ਉੱਥੇ ਤੁਸੀਂ 3 ਤੋਂ 4 ਗੇਰੀ ਇਸਦਾ ਇਸਤੇਮਾਲ ਕਰਨਾ ਹੈ। ਛੋਟੇ ਛੋਟੇ ਪੀਸਾਂ ਨੂੰ ਤੁਸੀਂ ਚੂਸਣਾ ਹੈ, ਚੱਬਣਾ ਨਹੀਂ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਅਤੇ ਤੁਸੀਂ ਦੇਖੋਗੇ ਕਿ 3 ਤੋਂ 4 ਦਿਨਾਂ ਦੇ ਵਿੱਚ ਹੀ ਤੁਹਾਡੀ ਬਲਗਮ ਵਾਲੀ ਖਾਂਸੀ ਜਾਂ ਸੁੱਕੀ ਖਾਂਸੀ ਹੈ ਉਹ ਵੀ ਤੁਹਾਡੀ ਦੂਰ ਹੋ ਗਈ ਹੈ, ਇਸ ਨਾਲ ਬਿਲਕੁਲ ਹੀ ਖਤਮ ਹੋ ਜਾਵੇਗੀ। ਇਹ ਬਿਲਕੁਲ ਦੇਸੀ ਨੁਸਖਾ ਹੈ, ਇਸਦਾ ਤੁਹਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੈ। ਤਾਂ ਦੋਸਤੋ ਤੁਸੀਂ ਦੇਖਿਆ ਕਿ ਜੋ ਚੀਜ਼ਾਂ ਮੈਂ ਯੂਜ਼ ਕੀਤੀਆਂ ਹਨ ਉਹ ਬਿਲਕੁਲ ਹੀ ਦੇਸੀ ਹਨ, ਇਸਦਾ ਆਪਣੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੈ। ਤਾਂ ਦੋਸਤੋ ਇਹ ਨੁਸਖਾ ਬਹੁਤ ਹੀ ਕਾਰਗਰ ਹੈ, ਜਿਨ੍ਹਾਂ ਲੋਕਾਂ ਨੇ ਵੀ ਇਸ ਨੂੰ ਇਸਤੇਮਾਲ ਕੀਤਾ ਹੈ ਉਹਨਾਂ ਨੂੰ ਚੰਗੇ ਰਿਜ਼ਲਟ ਦੇਖਣ ਨੂੰ ਮਿਲੇ ਹਨ। ਤਾਂ ਤੁਸੀਂ ਵੀ ਇਸਦਾ ਯੂਜ਼ ਕਰੋ। ਤਾਂ ਦੋਸਤੋ ਅੱਜ ਦੇ ਵੀਡੀਓ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਇਸਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਹੈਲਥ ਸਮਾਧਾਨ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ।